ਚਲ ਘਾਟ ਕੀਤੀ ਹੈ ਅਸੀਂ ਚੁੜੇ ਆ ਗੱਲ ਹੈ ਕਾਵੇ ਕਾਵੇ ਆਊਟ ਉਹ ਭੱਜ ਗਿਆ ਆਪਣੇ ਕੋਲ ਪੁਲਿਸ ਮੁਲਾਜ਼ਮ ਦੀ ਵੀਡੀਓ ਆ ਜਿਹਨੇ ਗਾਲਾਂ ਦਿੱਤੀਆਂ ਸ਼ਰੇਆਮ ਸਾਰੇ ਵੀਰਾਂ ਨੂੰ ਬੇਨਤੀ ਆ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਹੋ ਬਕਾਇਦਾ ਇਹਨਾਂ ਨੇ ਗਾਲਾਂ ਦਿੱਤੀਆਂ ਆਪਣੇ ਕੋਲ ਵੀਡੀਓ ਆ ਤੁਸੀਂ ਵਾਪਸ ਆ ਜਾਓ ਕੋਈ ਸਾਰੇ ਆਪਣੀ ਜਮਹੂਰੀਅਤ ਹੱਕ ਆ ਆਪਣਾ ਹੱਕ ਬਣਦਾ ਆਪਾਂ ਬੀਜੇਪੀ ਨੂੰ ਮੁਰਦਾਬਾਦ ਕਹਾਂਗੇ ਸਾਡੀ ਜਮਹੂਰੀਅਤ ਹੈ ਸ਼ਰੇਆਮ ਪੰਜਾਬ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ ਬੀਜੇਪੀ ਨੇ ਸਾਡੇ ਹਜ਼ਾਰਾਂ ਕਿਸਾਨ ਮਜ਼ਦੂਰ ਮਾਰੇ ਤੁਹਾਨੂੰ ਸ਼ਰੇਆਮ ਸਾਡੇ ਪਿੰਡਾਂ ਦੇ ਵਿੱਚ ਆਪਦਾ ਚੋਣ ਪ੍ਰਚਾਰ ਕਰ ਜੂਗੀ ਨਹੀਂ ਬੰਦ ਨਹੀਂ ਹੋਊਗਾ ਇਹ ਧੱਕਾ ਤੁਹਾਡਾ ਧੱਕਾ ਸ਼ੈਪਾ ਬੋਲੇਗਾ ਚੱਲ ਤੂੰ ਕੀ ਗੱਲ ਹੋਈ ਹੈ ਬਈ ਸ਼ਾਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਜੀ ਹਾਂ ਇਹਨਾਂ ਨੇ ਲਾਠੀ ਚਾਰਜ ਕਰਤਾ ਪੁਲਿਸ ਨੇ ਜੀ ਹਾਂ ਤੇ ਆਪ ਮੇਰੇ ਡਾਂਗ ਮਾਰੀ ਇੱਥੇ ਜੀ ਹੱਡੀ ਤੋੜਤੀ ਉਹ ਕਹਿ ਰਹੇ ਜਾਤੀ ਪੁਲਿਸ ਕਹਿ ਰਹੀ ਸਾਨੂੰ ਜਾਤੀ ਸੁੱਤੇ ਗਾਲਾਂ ਨਹੀਂ ਕੋਈ ਕਿਹਾ ਨਹੀਂ ਕਿਸੇ ਨੇ ਜੀ ਕਿਸੇ ਨੇ ਕੁਛ ਨਹੀਂ ਬਹਾਨਾ ਇਹ ਤਾਂ ਬਹਾਨਾ ਬਣਾਇਆ ਜੀ ਤੁਸੀਂ ਅੱਗ ਲਾਉਂਦੇ ਹੋ ਯਾਰ ਕੋਈ ਕੋਈ ਕਾਇਦਾ ਕਾਨੂੰਨ ਹੁੰਦਾ ਹਰੇਕ ਗੱਲ ਦਾ ਕੋਈ ਕੋਈ ਹੁੰਦਾ ਬੈਠੋ
ਨਾਰੇਬਾਜ਼ੀ ਕਰ ਰਹੇ ਸੀ ਅੱਗੋਂ ਪੁਲਿਸ ਨੇ ਅਗਲੇ ਪਾਸੇ ਕਰਕੇ ਲਾਠੀ ਚਾਰਜ ਕਰਤਾ ਜੀ। ਕਿਸ ਗੱਲ ਨੂੰ ਲੈ ਕੇ ਨਾਰੇਬਾਜ਼ੀ ਕਰਦੇ ਆ ਜੀ? ਵੀ ਵਿਰੋਧ ਚ ਪਰਮ ਤੌਰ ਤੇ ਵਿਰੋਧ ਚ ਜਿਹੜੀ ਸੰਯੁਕਤ ਅਕਾਲ ਮੋਰਚੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਉਹਦੇ ਅਧੀਨ ਅਸੀਂ ਕਰ ਰਹੇ ਸੀ ਸਾਰਾ ਕੁਛ ਜੀ। ਕਿੱਥੇ ਆਉਣਾ ਸੀ ਅੱਜ ਪਰਮ ਬਲ ਵਾਲੇ? ਇੱਥੇ ਕਿਸੇ ਫਰੀਦਕੋਟ ਕੋਟਲੀ। ਕੀ ਨਾਮ ਆ ਤੁਹਾਡਾ? ਦਲੌਰ ਸਿੰਘ ਜੀ। ਪਿੰਡ ਫਰੀਦਕੋਟ ਜੀ। ਕਿਹੜੀ ਜਥੇ ਮਦੀਨਾ ਸੋ? ਗੜਕਾਉਂਦਾ ਨਾਲ ਜੀ। ਹਾਂ ਜੀ ਪਿੰਡ। ਹਾਂਜੀ ਚੱਲ ਬੜੀ ਸ਼ੋਰ ਨਹੀਂ ਹੋ ਘੰਟਾ ਤਾਂ ਲੱਗ ਗਈ।